ਇੱਕ ਰਾਹ ਜਾਂਦੇ ਸ਼ਖਸ ਦੇ ਨਾਲ ਲੁੱਟ ਖੋਹ ਕੀਤੀ ਗਈ ਹੈ। ਦੱਸ ਦਈਏ ਕਿ ਬਾਈਕ ਦੇ ਉੱਤੇ ਆਏ ਤਿੰਨ ਬਦਮਾਸ਼ਾਂ ਦੇ ਵੱਲੋਂ ਸ਼ਰਿਆਂ ਹਥਿਆਰਾਂ ਦੀ ਨੋਕ ਦੇ ਉੱਤੇ ਇਸ ਸ਼ਖਸ ਨਾਲ ਲੁੱਟ ਕੀਤੀ ਗਈ ਹੈ ਤੇ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਸੜਕ ਦੇ ਉੱਤੇ ਤੁਰਿਆ ਜਾ ਰਿਹਾ, ਪਿੱਛੋਂ ਦੀ ਆਏ ਬਾਈਕ ਸਵਾਰ ਤਿੰਨ ਬਦਮਾਸ਼ਾਂ ਦੇ ਵੱਲੋਂ ਉਸਨੂੰ ਪਹਿਲਾਂ ਤਾਂ ਕਾਲਰ ਤੋਂ ਪਿੱਛੋਂ ਫੜਿਆ ਜਾਂਦਾ ਹੈ। ਹਾਲਾਂਕਿ ਜਦੋਂ ਉਸਦੇ ਕੋਲੋਂ ਲੁੱਟ ਖੋਹ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਵਿਰੋਧ ਕਰਦਾ ਹੈ, ਪਰ ਗੁੱਸੇ ਦੇ ਵਿੱਚ ਆਏ ਇੱਕ ਬਦਮਾਸ਼ ਦੇ ਵੱਲੋਂ ਆਪਣੇ ਹੱਥ ਦੇ ਵਿੱਚ ਤੇਜ਼ ਧਾਰ ਹਥਿਆਰ ਫੜਿਆ ਹੁੰਦਾ, ਉਸਦੇ ਨਾਲ ਹੀ ਉਸਦੇ ਹਮਲਾ ਕਰ ਦਿੱਤਾ ਜਾਂਦਾ ਹੈ। ਤਾਂ ਆਪਣੀ ਜਾਨ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਜੋ ਕੁਝ ਵੀ ਇਸ ਸ਼ਖਸ ਦੇ ਕੋਲ ਹੁੰਦਾ ਉਹ ਲੁਟੇਰਿਆਂ ਨੂੰ ਦੇ ਦਿੰਦਾ। ਹਾਲਾਂਕਿ ਇਸ ਦੌਰਾਨ ਉਸਦਾ ਫੋਨ ਵੀ ਜ਼ਮੀਨ 'ਤੇ ਡਿੱਗਦਾ, ਪਰ ਲੁਟੇਰੇ ਉਹ ਵੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਨੇ। ਹਾਲਾਂਕਿ ਜਿਵੇਂ ਹੀ ਉਹ ਸ਼ਖਸ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਜਿਸ ਬਦਮਾਸ਼ ਦੇ ਹੱਥ ਦੇ ਵਿੱਚ ਤੇਜ਼ ਧਾਰ ਹਥਿਆਰ ਫੜਿਆ ਹੁੰਦਾ ਉਹ ਦੁਬਾਰਾ ਤੋਂ ਉਸਨੂੰ ਮਾਰਨ ਦੀ ਕੋਸ਼ਿਸ਼ ਕਰਦਾ। ਹਾਲਾਂਕਿ ਇੱਕ ਸ਼ਖਸ ਸਾਹਮਣੇ ਖੜਾ ਦਿਖਾਈ ਵੀ ਦੇ ਰਿਹਾ, ਪਰ ਉਹ ਵੀ ਚਾਹ ਕੇ ਨਹੀਂ ਬਚਾ ਪਾਇਆ ਕਿਉਂਕਿ ਉਹਨਾਂ ਦੇ ਕੋਲ ਤੇਜ਼ ਧਾਰ ਹਥਿਆਰ ਸੀ ਤੇ ਉਹ ਵੀ ਦੂਰ ਤੋਂ ਖੜਾ ਹੋ ਕੇ ਸਾਰਾ ਤਮਾਸ਼ਾ ਦੇਖਦਾ ਰਿਹਾ। ਤਾਂ ਦੱਸ ਦਈਏ ਕਿ ਇਹ ਸੀਸੀਟੀਵੀ ਲੁਧਿਆਣਾ ਦੇ ਟਿੱਬਾ ਰੋਡ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਵਾਪਰੀ ਹੈ। ਫਿਲਹਾਲ ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚੀ ਹੈ। ਆਲੇ ਦੁਆਲੇ ਲੱਗੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਨੇ ਤੇ ਬਦਮਾਸ਼ਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਕਿ ਆਖਰ ਕਿਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਦੱਸ ਦਈਏ ਕਿ ਲਗਾਤਾਰ ਲੁੱਟ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ, ਪਰ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਦੇ ਹੱਥ ਖਾਲੀ ਹੀ ਨਜ਼ਰ ਆ ਰਹੇ ਨੇ।